ਕੋਈ ਐਵੀ ਟੈਸਟ ਦੇਖੋ ਕੱਚ ਦੀ ਬੋਤਲ ਕਿਹਦੀ ਭਾਈ ਦਾਤਾਂ ਨੂੰ ਵਜਿਆ ਦਾਤਾਂ ਨੂੰ ਵਜਿਆ ਚਲੋ ਚਲੋ ਫਿਰ ਅੰਦਰ ਦਾਤਾਂ ਨੂੰ ਵੇਖੋ ਫ੍ਰੀ ਚ ਜਾਓ 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 ਆਓ ਯਾਰ ਨਾਲ ਲੈ ਫੜੋ ਵਿੱਚੋਂ ਹਾਂ ਦਾਤਾਂ ਵੱਜੀ ਹੋਏ ਬੋਤਲਾਂ ਡਿੱਗੀਆਂ ਇੱਥੇ ਮੁੰਡੇ ਪਿਆ ਕੇ ਹਨ ਪਛਾਤੀ ਨਸ਼ਾ ਕਰਦੇ ਨੇ ਕੋਈ ਫੇਰ ਬੂਹਾ ਖੁੱਲਾ ਛੱਡ ਕੇ ਜਾ ਰਹੇ ਹੋ ਤੁਹਾਨੂੰ ਮੌਕਾ ਆਉਂਦਿਆਂ ਮੈਂ ਉਹੀ ਦਿਖਾਇਆ ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ ਸਭ ਤੋਂ ਵੱਡਾ ਐਵੀਡੈਂਸ ਆ ਇੱਥੇ ਪਹਿਲਾਂ ਵੀ ਦੀਵਾਲੀ ਵਾਲੇ ਦਿਨ ਵੀ ਕਰਤਾ ਦੁੱਲੋ ਦੇ ਵਿੱਚ ਹਾਦਸਾ ਹੋਇਆ ਸੀ ਇਹ ਲੋਕਾਂ ਨੇ ਉਦੋਂ ਨਕੇਲ ਪਾਈ ਸੀ ਹੁਣ ਫੇਰ ਕਹਿੰਦਾ ਜਿੰਨੀ ਦੇਰ ਤੱਕ ਨਕੇਲ ਨਹੀਂ ਪਾਉਣਗੇ ਇਹ ਲੋਕਾਂ ਨੂੰ ਇਸੇ ਤਰ੍ਹਾਂ ਹੀ ਖੁੱਲ ਮਿਲਦੀ ਜਾਏਗੀ ਇਹਨਾਂ ਨੂੰ ਪਤਾ ਕਰਤਾ ਦੁੱਲੋ ਨਸ਼ਾ ਵਿਕਦਾ ਉੱਥੇ ਸ਼ਰਾਬ ਵਿਕਦੀ ਆ ਸਭ ਕੁਛ ਹੁੰਦਾ ਜਿਹਨਾਂ ਘਰ ਤੂੰ ਬਹਿਣੀ ਨਾ ਪਹਿਲਾਂ ਉਹਨਾਂ ਨੇ ਸੈਨ ਲੈ ਗਿਆ ਤੇਰੀ ਧੀ ਸਾਡੀ ਧੀ ਕੀ ਹੈ ਜਿਹਨਾਂ ਘਰ ਬਹਿਣੀ ਜਿਹਨਾਂ ਘਰ ਤੂੰ ਬਹਿਣੀ ਨਾ ਤੈਨੂੰ ਚਾਰ ਬੰਦਿਆਂ ਚ ਕਹਿਣਾ ਜਿਹਨਾਂ ਘਰ ਬਹਿਣੀ ਦੂਲੋ ਗਲੀ ਚ ਲੜਾਈ ਝਗੜਾ ਆਇਆ ਕੋਈ ਹਾਲੇ ਅਸੀਂ ਤਸਦੀਕ ਕਰ ਰਹੇ ਹਾਂ ਕਿ ਇੱਥੇ ਕੋਈ ਆਣ ਕੇ ਕਾਲੂ ਕਾਲੂ ਨਾਲ ਮਕਾਨ ਦੇ ਵਿੱਚ ਮੁੰਡੇ ਮਾਡੇ ਬਹਿੰਦੇ ਆ ਉਹਦੇ ਵਿੱਚ ਹੀ ਬੈਨ ਕਰ ਬੰਦੇ ਬੰਦੇ ਇਲੀਗਲ ਬੰਦੇ ਮੈਂ ਉਹ ਤਸਦੀਕ ਕਰਾਂਗਾ ਨਾ ਅਨਲੀਗਲ ਬੰਦੇ ਕੀ ਗੱਲ ਹੋਈ ਆ ਉਹ ਇਹਨਾਂ ਦੀ ਲੜਕੀ ਅੰਜੂ ਆ ਉਹ ਸਮਾਨ ਲੈਣ ਬਾਜ਼ਾਰ ਜਾ ਰਹੀ ਸੀ ਅਤੇ ਉਹਨਾਂ ਨੇ ਦੱਸਿਆ ਵੀ ਸਾਡੀ ਲੜਕੀ 'ਤੇ ਹੌਲਾ ਕਰਤਾ ਉਹ ਭੱਜ ਕੇ ਦੁਕਾਨ ਦੇ ਅੰਦਰ ਵੜ ਗਈ ਦੁਕਾਨ ਸ਼ਟਰ ਵੱਜ ਗਿਆ ਅਤੇ ਕੋਈ ਇਹੋ ਜਿਹੀ ਨੁਕਸਾਨ ਵੀ ਘਟਣਾ ਨਹੀਂ ਹੋਈ ਬਚਾਅ ਹੋ ਕਾਫੀ ਸਮੇਂ ਤੋਂ ਲੋਕ ਪਰੇਸ਼ਾਨ ਨੇ ਉਹ ਇੱਥੇ ਬਹਿ ਕੇ ਨਸ਼ਾ ਕਰਦੇ ਨੇ ਅਤੇ ਕੀ ਤੁਹਾਡੇ ਪ੍ਰਸ਼ਾਸਨ ਕੋਲ ਕੋਈ ਨਹੀਂ ਬੰਦ ਹੀ ਕਾਰਵਾਈ ਕਰਾਂਗੇ ਮਹਾਰਾਜ ਜੋ ਵੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਜਾਏਗੀ ਕਿੰਨੇ ਜਾਣੇ ਸੀ ਕੁਛ ਹੀ ਨਹੀਂ ਪਤਾ ਉਹਨਾਂ ਨੇ ਦੱਸਿਆ 5-6 ਜਣੇ ਸੱਤ ਆਦਮੀ ਇੱਕੋ ਮੁੰਡੇ ਦਾ ਪਤਾ ਨਾਮ ਕਾਲੂ ਨਾਮ ਦਾ ਹਾਂ ਇਹ ਕਾਂਚੂ ਆ ਬਾਕੀ ਨਹੀਂ ਪਤਾ ਇਹਨਾਂ ਨੂੰ ਜੋ ਬਾਕੀ ਤਸਦੀਕ ਕਰਦੇ ਹੀ ਆ ਤੁਹਾਡੇ ਬੋਤਲਾਂ ਦਾਤਰ ਵੀ ਚਲਾਏ ਗਏ ਨੇ ਨਹੀਂ ਜੀ ਮੈਂ ਤਸਦੀਕ ਕਰ ਰਿਹਾ ਮੈਂ ਤਾਂ ਕੋਈ ਚੀਜ਼ ਵੇਖੀ ਨਹੀਂ ਹਾਲੇ ਤਸਦੀਕ ਕਰ ਰਹੇ ਅਤੇ ਹੁਣ ਕਿੱਥੇ ਭੱਜ ਗਏ ਨੇ ਉਹ ਵੀ ਤਾਂ ਦੌੜ ਗਏ ਗੱਲ ਦਾ ਸਾਨੂੰ ਨਹੀਂ ਪਤਾ ਮੇਰੀ ਕੁੜੀ ਆਈ ਸੀ ਮਾਂ ਲੈਣ ਮਾਂ ਲੈਣ ਆਈ ਅੱਗੋਂ ਕਿਸੇ ਨੇ ਉਹਨੂੰ ਦੁੱਧ ਲੈਣ ਵਾਸਤੇ ਭੇਜਦਾ ਉਹ ਦੁੱਧ ਲੈਣ ਚਲੀ ਗਈ ਜਿੰਨੀ ਦੇਰ ਨੂੰ ਉਹ ਆਈ ਤਾਂ ਉਨੀ ਚਿਰ 'ਚ ਸਰ ਕਿਰਪਾਨਾਂ ਚੱਲਦੀਆਂ ਪਈਆਂ ਸੀ ਇੱਕ ਦੁਕਾਨਦਾਰ ਨੂੰ ਕਿਹਾ ਉਹਨੇ ਅੰਦਰ ਨਹੀਂ ਵਾੜਿਆ ਦੂਜੇ ਨੇ ਦੁਕਾਨਦਾਰ ਨੇ ਖਿੱਚ ਕੇ ਮਾਂ ਹੀ ਅੰਦਰ ਵਾੜਿਆ ਉਹਨੂੰ ਜਿਸ ਵੇਲੇ ਉਸ ਵੇਲੇ ਉਹਨਾਂ ਨੇ ਕਿਰਪਾਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਮੇਰਾ ਦਿਓਰ ਬੈਠਾ ਸਾਹਮਣੇ ਉਹਨੇ ਖਿੱਚ ਕੇ ਆਪਣੇ ਮਗਰ ਕੀਤੀ ਆ ਕਿ ਕੁੜੀ ਨੂੰ ਆਂਚ ਨਾ ਆਏ ਕੁੜੀ ਮੇਰੀ ਡਰਦੀ ਡਰਦੀ ਆਈ ਸਰ ਅਸੀਂ ਇਸ ਘਰ ਦੇ ਵਿੱਚੋਂ ਬਹੁਤ ਦੁਖੀ ਹਾਂ ਇੰਨਾ ਕੁ ਨਸ਼ਾ ਇੱਥੇ ਕੌਣ ਇੱਥੇ ਲਊ ਨਸ਼ਾ ਕਰ ਸਰ ਇੱਥੇ ਇੱਕ ਕਾਲੂ ਦੇ ਘਰ ਆਣ ਪਛਾਤੀ ਬੰਦੇ ਆਉਂਦੇ ਆ ਸਾਨੂੰ ਨਹੀਂ ਪਤਾ ਇੱਕ ਪ੍ਰਾਂਚੋ ਜਿਹੜਾ ਨਾ ਉਹਨੂੰ ਤਾਂ ਮੈਂ ਖੁਦ ਦੇਖਿਆ ਜੇ ਕਿਰਪਾਨਾ ਲੈ ਕੇ ਖਲੋਤਾ ਹੋਇਆ ਸੀ ਉਹ ਹੀ ਚਲਾਉਂਦਾ ਪਿਆ ਸੀ ਤੇ ਕਿੰਨਾ ਚਿਰ ਤੋਂ ਇਹ ਨਸ਼ਾ ਇੱਥੇ ਚੱਲਦਾ ਸਰ ਇਹ ਤਾਂ 2-3 ਸਾਲ ਹੋ ਗਏ ਜੇ ਸਰ ਇੱਥੇ ਇਲਾਕਾ ਨਿਵਾਸੀਆਂ ਕੋਈ ਪੁਲਿਸ ਸ਼ਿਕਾਇਤ ਨਹੀਂ ਕੀਤੀ ਸਰ ਇਲਾਕਾ ਨਿਵਾਸੀ ਵਾਲੇ ਕੁਛ
ਨਹੀਂ ਕਰਦੇ ਇੱਥੇ ਕਦੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਨਾ ਸਰ ਇੱਕ ਵਾਰੀ ਮੈਂ ਅੱਗੇ ਕੀਤੀ ਸੀ ਤੇ ਮੈਂ ਤਾਂ ਵੀ ਆਪਣੇ ਗੱਲ ਲੜਾਈ ਲਿੱਤੀ ਸੀ ਹੁਣ ਤੇ ਮੈਂ ਹੀ ਕਟੋਕ ਕੇ ਕਹਿੰਨੀ ਆ ਕਿ ਮੈਂ ਕੀਤਾ ਕਿਉਂ ਮੇਰੀ ਬੱਚੀ ਦੀ ਕੱਲ ਨੂੰ ਕੁਝ ਵੀ ਨੁਕਸਾਨ ਹੋ ਜਾਏ ਜੇ ਕਾਲੂ ਜ਼ਿੰਮੇਵਾਰੀ ਚੁੱਕਦਾ ਤੇ ਚੁੱਕੇ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਤਾਂ ਮੰਗ ਇਹੀ ਕਹਿੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹੋ ਜਿਹੇ ਕੰਮ ਸਾਡੇ ਮੁਹੱਲੇ 'ਚ ਨਹੀਂ ਹੋਣੇ ਚਾਹੀਦੇ ਸਾਹਮਣੇ ਮੁੰਡੇ ਆਏ ਦਾਤਰ ਲੈ ਕੇ ਕਮਰੇ 'ਚ ਉਹਨਾਂ ਨੇ ਮਾਰੇ ਦਾਤਰ ਠੀਕ ਆ ਜੀ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਕੁਛ ਬੋਲਿਆ ਨਹੀਂ ਆਉਂਦੇ ਦਾਤਰ ਦੁੱਤਰ ਮਾਰਨ ਲੱਗੇ ਅਤੇ ਮੇਰੇ 'ਤੇ ਵੀ ਵਾਰਦਾ ਕਰ ਲੱਗੇ ਸੀ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਠੀਕ ਆ ਜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਦਾਤਰ ਮਾਰਨ ਲੱਗ ਗਏ ਉਹ ਆਵੇ ਹੁਣ ਕੌਣ ਆਵੇ ਠੀਕ ਹੈ ਮਹੱਲੇਦਾਰ ਨੇ ਤਾਂ ਆਉਣਾ ਹੀ ਆਉਣਾ ਵਾ ਬਾਹਰ 'ਚ ਕੋਈ ਗੱਲਬਾਤ ਹੋਵੇ ਠੀਕ ਹੈ ਪਰ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਬੱਚੀਆਂ ਅਤੇ ਛੋਟੀਆਂ ਛੋਟੀਆਂ ਕੁੜੀਆਂ ਖੇਡਦੀਆਂ ਗੱਤੀਆਂ ਭੈਣਾਂ ਵਾਲੇ ਆਪਾਂ ਹੈਗੇ ਹਾਂ ਇੱਥੇ ਬੱਚੇ ਛੋਟੇ ਛੋਟੇ ਖੇਡਦੇ ਆ ਪਰ ਇਹੋ ਜਿਹਾ ਵਾਰਦਾ ਕਿਸੇ ਧੀ ਭੈਣ ਸਾਡੇ ਬੱਚਿਆਂ ਦੇ ਕੋਈ ਗੱਲਬਾਤ ਹੋਵੇ ਇਹੋ ਜਿਹਾ ਚੰਗਾ ਨਹੀਂ ਲੱਗਦਾ ਗਾ ਇਹ ਨੌਜਵਾਨ ਇਕੱਲਾ ਹੀ ਘਰ 'ਚ ਰਹਿੰਦਾ ਇਹ ਹਾਂਜੀ ਇਹ ਇਕੱਲਾ ਹੀ ਗਾ ਵੈ ਨਸ਼ਾ ਚੱਲਦਾ ਨਹੀਂ ਹਾਂਜੀ ਭਾਅ ਜੀ ਇਹ ਪਰ ਜੋ ਵੀ ਗਾ ਵੈ ਪਰ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਕੱਲ੍ਹ ਨੂੰ ਬੱਚੇ ਵੀ ਖੇਡਦੇ ਨਿੱਕੇ ਨਿੱਕੇ ਠੀਕ ਹੈ ਕੱਲ੍ਹ ਨੂੰ ਬੱਚਿਆਂ ਨੂੰ ਵੀ ਕੁਛ ਹੋ ਸਕਦਾ ਵੈ ਠੀਕ ਹੈ ਜੀ ਬੱਚਿਆਂ ਨੂੰ ਕੋਈ ਗੱਲਬਾਤ ਹੋਵੇ ਤਾਂ ਕੋਈ ਕੌਣ ਜ਼ਿੰਮੇਵਾਰ ਹੈਗਾ ਤੁਸੀਂ ਪੁਲਿਸ ਪ੍ਰਸ਼ਾਸਨ ਅੱਗੇ ਕਦੇ ਸ਼ਿਕਾਇਤ ਨਹੀਂ ਕੀਤੀ ਕਿ ਹਾਂਜੀ ਹਾਂਜੀ ਸਾਡਾ ਮੁੱਦਾ ਇਹੀ ਗਿਆ ਇਹਨਾਂ ਨੇ ਕੀਤੀ ਗੱਲਬਾਤ ਤੇ ਆਏ ਨੇ ਭਾਈ ਹੁਣ ਆਏ ਨੇ ਇਹਨਾਂ ਨੇ ਕਾਰਵਾਈ ਕੀਤੀ ਅੱਗੋ ਪ੍ਰਸ਼ਾਸਨ ਜੋ ਕਰੇਗਾ ਆਪਾਂ ਤੇ ਠੀਕ ਹੈ ਜੋ ਕਰਨਗੇ ਉਹੀ ਹੋਏਗਾ ਕਿੰਨੇ ਲੋਕ ਸੀ ਉਹ ਆਏ ਜਿਹੜੇ ਉਹ 15-20 ਜਣੇ ਗਏ ਸੀ ਬੋਤਲਾਂ ਵੀ ਹਮਲਾ ਕਿਸ 'ਤੇ ਕੀਤਾ ਗਿਆ ਹਮਲਾ ਮੁੰਡਾ ਗਾ ਛੋਟਾ ਜਿਹਾ ਕਾਲੂ ਗਾ ਆਪਣਾ ਭਰਾ ਹੀ ਆ ਛੋਟਾ ਬੱਚਾ ਗਾ ਉਹ ਠੀਕ ਹੈ ਉਹਦੇ ਉੱਤੇ ਕਰਨ ਆਏ ਆ ਮੈਂ ਮੁੱਦਾ ਇਕੱਲਾ ਮੈਂ ਖਲੋਤਾ ਤਾ ਠੀਕ ਹੈ ਜੀ ਉਹ ਮੇਰੇ ਮਾਰ ਲੱਗੇ ਸੀ ਉਹਨਾਂ ਨੇ ਮਾਰਨ ਨਹੀਂ ਦਿੱਤਾ ਨਾ ਕਿ ਨਹੀਂ ਵੀ ਇਹਨਾਂ ਨੂੰ ਨਹੀਂ ਮਾਰਨਾ ਹੈਗਾ ਆਪਾਂ ਉਹ ਮੁੰਡੇ ਨੂੰ ਫੜਨਾ ਹੈਗਾ ਅਤੇ ਉਹ ਮੁੰਡਾ ਹੈਗਾ ਹੀ ਨਹੀਂ ਸੀ ਘਰ ਠੀਕ ਹੈ ਜੀ ਉਹ ਬੱਚਾ ਇਕੱਲਾ ਹੈਗਾ ਪਰ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਸਭ ਕੁਝ ਚੱਲਦਾ ਸਭ ਕੁਝ ਚੱਲਦਾ